ਮਾਣ ਹੈ ਜ਼ਿੰਦਗੀ ਦਾ, ਬਹੁਤ ਹੀ ਪਿਆਰਾ ਵੀਰ ਧੰਨਵਾਦ ਹੈ। ਪਹਿਲੀ ਰੇਡ 71,000 ਰੁਪਏ ਦੇ ਫਾਈਨਲ ਤੇ 51,000 ਦੇ ਫਾਈਨਲ ਮੈਚ ਦੀ, ਮੋਟਰਸਾਈਕਲ ਦੀ ਪ੍ਰਦੀਪ ਤੂਫਾਨ ਢੰਡੋਰੀ ਵਾਲੇ ਪਾਰਟੀਆਂ ਦੇ ਪ੍ਰਦੀਪ ਤੂਫਾਨ ਕਹਿੰਦੇ ਢੰਡੋਰੀ ਵਾਲਾ। ਪਹਿਲੀ ਰੇਡ ਸ਼ਕਰਪੁਰੀਆ ਫਰਿਆਦ, ਉਹ ਵੇਖੋ ਮੋਟਰਸਾਈਕਲ ਦੀਆਂ ਕਿੱਕਾਂ ਮਾਰ ਮਾਰ ਵੇਖਦਾ, ਪਰ ਮੋਟਰਸਾਈਕਲ ਦਾ ਸੈਲਫ ਸਟਾਰਟ ਨੇ ਉਹ ਸਵਰਨਿਆ। ਪਹਿਲੀ ਰੇਡ ਤੇ ਪਹਿਲਾ ਜਫਾ ਤੇ 1100 ਰੁਪਇਆ ਸ਼ਕਰਪੁਰੀਏ ਫਰਿਆਦ ਦੇ ਕਬਜ਼ੇ ਦੇ ਵਿੱਚ ਹੈ। ਥੋੜੀ ਮੁੰਡੇ ਨੇ ਸੱਟ ਮਹਿਸੂਸ ਕੀਤੀ ਹੈ। ਤੂਫਾਨ ਉੱਠੋ ਗੱਭਰੂਆ, ਏਦਾਂ ਮਾੜੀਆਂ ਮੋਟੀਆਂ ਸੱਟਾਂ ਦਾ ਕੌਡੀ ਚ ਲੱਗ ਹੀ ਜਾਂਦੀਆਂ ਨੇ, ਕੌਡੀ ਚ ਲੱਗ ਹੀ ਜਾਂਦੀਆਂ ਨੇ। ਤੇ ਖੜੋ ਮੁੰਡੇ ਉਹ ਵੀ ਫਰਿਆਦ ਸ਼ਕਰਪੁਰ ਦੇ ਵਿੱਚ ਥੋੜੀ ਜਿਹੜੀ ਸੱਟ ਮਹਿਸੂਸ ਕੀਤੀ ਹੈ। ਬਾਬਾ ਮਲੂਕ ਅਲੀ ਦਾ ਵੀਰ ਹੈ, ਬਾਬਾ ਨਾਨਕ ਮੇਰੇ ਵੀਰਿਓ, ਚੜ੍ਹਦੀ ਕਲਾ ਚ ਰੱਖਣ ਇਹਨਾਂ ਖਿਡਾਰੀਆਂ ਨੂੰ, ਕਿਉਂਕਿ ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰਦਾ ਜਿਹੜੇ ਉੱਗਦੇ ਬਾਹਰ ਕਿਆਰੀਆਂ ਦੇ। ਤੇਰਾ ਬਣੂ ਕੀ ਭੋਲਿਆ ਪੰਛੀ ਆਵੇ, ਤੂੰ ਆ ਗਿਆ ਹੱਥ ਸ਼ਿਕਾਰੀਆਂ ਦੇ। ਮੱਖਣ ਬਰਾੜ ਦੀ ਅਰਜ ਹੈ ਰੱਬ ਅੱਗੇ, ਕਦੇ ਸੱਟ ਨਾ ਵੱਜੇ ਖਿਡਾਰੀਆਂ ਦੇ। ਠੀਕ ਹੈ ਮੁੰਡਾ, ਠੀਕ ਹੈ ਮੁੰਡਾ, ਛੇੜ ਕਹਾਣੀ ਓਕੇ। ਸੱਚੇ ਪਾਤਸ਼ਾਹ ਮਿਹਰ ਕਰੇ, 33 ਬਾਹ ਨਾ ਲੱਗੇ ਨਾ ਖਿਡਾਰੀਆਂ ਨੂੰ, ਇਹ ਖੇਡ ਦੇ ਸੋਹਣੇ ਲੱਗਦੇ ਹੈ। ਇਹ ਘਰੋਂ ਜਦੋਂ ਖੁਸ਼ ਹੋ ਕੇ ਆਉਂਦੇ ਆ ਖੇਡਾਂ ਦੇ ਲਈ, ਤੇ ਇਸੇ ਤਰ੍ਹਾਂ ਹੀ ਖੁਸ਼ ਹੋ ਕੇ ਖੇਡ ਕੇ ਘਰਾਂ ਨੂੰ ਜਾਣ, ਸਾਡੀ ਇਹੀ ਦੁਆ ਹੁੰਦੀ ਹੈ। ਸੱਚੇ ਪਾਤਸ਼ਾਹ ਇਹਨਾਂ ਨੂੰ 33 ਬਾਹ ਵੀ ਨਾ ਲੱਗਣ ਦੇਵੇ, ਕਬੱਡੀ ਦੇ ਇਹਨਾਂ ਮਹਾਨ ਸਪੂਤਾਂ ਨੂੰ, ਮਾਵਾਂ ਦੇ ਬਲੀ ਪੁੱਤਾਂ ਨੂੰ। ਨਵੀਂ ਸੰਧੂਆ ਸ਼ੇਰ ਗਾਣੀ ਤੇ ਚੋਤਾ ਕਹਿੰਦੇ ਮਹਿਮਤ ਮਾਰੀਆ ਮੇਰੇ ਵੀਰੋ, ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ। ਇੱਕ ਪਾਸੇ ਚੋਤੇ ਦਾ ਬੋਲਿਆ ਹੋਇਆ ਧਾਵਾ ਤੇ ਦੂਜੇ ਪਾਸੇ ਰਣੀਕਿਆਂ ਵਾਲਾ ਕਾਜੂ ਹੈ। ਉਹ ਚੋਤਾ, ਉਹ ਕਾਜੂ, ਉਹ ਚੋਤਾ, ਉਹ ਕਾਜੂ, ਉਹ ਮਹਿਮਤ ਮਾਰੀਆ ਮੋਟਰਸਾਈਕਲ ਦੀ ਹਵਾ ਚੈੱਕ ਕਰ ਗਿਆ, ਹਵਾ ਚੈੱਕ ਕਰ ਗਿਆ। ਮੰਡੀਆਂ ਵਾਲਾ ਜੱਜ ਮੇਰੇ ਵੀਰੋ, ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ। ਸਾਹਮਣੇ ਤੱਕਾਂਗੇ, ਸ਼ਕਰਪੁਰੀਏ ਫਰਿਆਦ ਨੇ ਪਹਿਲਾ ਜਫਾ ਲਾ ਕੇ ਮੇਰੇ ਵੀਰੋ ਮੋਟਰਸਾਈਕਲ ਤੇ ਕਬਜ਼ਾ ਕਰ ਲਿਆ, ਤੇ ਹੁਣ ਦੇਖਾਂਗੇ। ਆਓ ਮੰਡੀਆਂ ਵਾਲੇ ਜੱਜ ਦੀ ਪਾਈ ਹੋਈ ਕਬੱਡੀ ਹੈ, ਬਈ ਵਾਹ ਨਹੀਂ ਰਿਸਾ ਲੈ ਵੀ ਸਵਰਨਿਆ ਸ਼ਕਰਪੁਰੀਆ। ਤੇ ਇੱਕ ਪਾਸੇ ਮੰਡੀਆਂ ਵਾਲਾ ਜੱਜ ਹੈ, ਸ਼ਕਰਪੁਰੀਆ ਤਾਂ ਅੱਜ ਲੋਹੇ ਵਾਲੀ ਚੁੰਬਕ ਬਣਿਆ ਫਿਰਦਾ, ਹੁਣ ਮੋਟਰਸਾਈਕਲ ਨੇ ਇਹ ਲੋਹੇ ਵਾਲੀ ਚੁੰਬਕ ਬਣ ਗਿਆ। ਛੇੜ ਕਹਾਣੀ ਮੇਜਰ ਸਿੰਘ ਜੀ ਨੰਬਰਦਾਰ ਸਾਹਿਬਾਂ ਵੱਲੋਂ, ਜੱਜ ਲਈ ਪਾਰਸਲ ਵੀ ਫੜ ਕੇ ਲੈ ਜਾਓ। ਮੇਜਰ ਸਿੰਘ ਜੀ ਨੰਬਰਦਾਰ ਸਾਹਿਬ ਜੱਜ ਮੰਡੀਆਂ ਦੇ ਲਈ ਪਾਰਸਲ ਫੜ ਲਓ। ਸਾਡੇ ਮੇਜਰ ਸਿੰਘ ਜੀ ਨੰਬਰਦਾਰ ਸਾਹਿਬਾਂ ਵੱਲੋਂ ਲਵੀ ਸਵਰ ਰਿਹਾ ਖਿਡਾਰੀਆਂ ਨੂੰ ਪਾਉਣ ਦਾ ਕਰਦੇ, ਤੇ ਜੋਤਾ ਮਹਿਮਤ ਮਾਰੀਆ ਕਬੱਡੀ ਪਾ ਕੇ ਵਾਪਸ ਵਰਤੇ ਹੈ। ਚਲੋ ਜਵਾਨਾ, 500 ਰੁਪਇਆ ਜੋਤੇ ਤੇਰੇ ਲਈ ਗਿਆ ਲਲੀ ਕੁਝ ਵੀ ਰਿਹਾ ਫੜ ਲਾ ਗਿਰਾ। ਸਰਦਾਰ ਮੇਜਰ ਸਿੰਘ ਜੀ ਉਹਨਾਂ ਨੇ ਨੋਟਾਂ ਦਾ ਮੀਂਹ ਪਾ ਦਿੱਤਾ ਹੈ। ਤੂਫਾਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਫਰਿਆਦ, ਉਹ ਸ਼ੇਰ ਮੁੰਡੇ ਨੂੰ ਤੇ ਦੂਜੇ ਪਾਸੇ ਜੀਤਾ ਤਲਵੰਡੀ ਚੌਧਰੀਆਂ ਵਾਲਾ। ਇੱਕ ਪਾਸੇ ਤੂਫਾਨ ਹੈ, ਬੱਲੇ ਬੱਲੇ ਹੋ ਗਈ ਮਿੱਤਰੋ, ਨਹੀਂ ਰਿਸਾ ਤੂਫਾਨ ਦੱਬਦਾ ਕਿੱਥੇ ਹੈ, ਤਾੜੀ ਮਾਰ ਦਿਓ। ਆ ਚੱਲਿਆ ਲਗਾਤਾਰ ਕੌਡੀਆਂ ਪਾਉਂਦਾ ਸਵਰਨਿਆ। ਸਰਦਾਰ ਮੇਜਰ ਸਿੰਘ ਜੀ ਨੰਬਰਦਾਰ ਸਾਹਿਬਾਂ ਵੱਲੋਂ ਤੂਫਾਨ ਦੇ ਲਈ ਵੀ 500 ਹੈ, ਤੇ 80 ਕਿਲੋ ਭਾਰ ਦਾ ਪਹਿਲਾ ਇਨਾਮ ਵੀ ਦਿੱਤਾ 18,000 ਮੇਰੇ ਵੀਰੋ। ਔਰ ਅਗਲੀ ਰੇਡ ਜੋਤਾ ਮਹਿਮਾਨਵਾਰੀਆ ਪਰ ਦੇਖੋ ਜਾਸ਼ਨਾ, ਹੋ ਜਾਸ਼ਨਾ ਨੰਬਰਵਾਰੀਆ ਸ਼ਾਕਰਪੁਰੀਏ ਕੱਕੜ ਵਾਲੀਆ। ਕਿਤਨਾ ਡੈਣੀ ਨੰਬਰ, ਨੰਬਰ ਕਿਤਨਾ ਜੋਤੇ ਦਾ, ਬਈ ਬਾ ਜੋਤੇ ਮਹਿਮਾਨਵਾਰੀਏ ਦਾ।
ਆਕੜਾ ਸਰਨਾ ਜੋ ਉੱਤੇ ਮਹਿਮਦ ਮਾਰੀਏ ਨੇ ਮੋਟਰਸਾਈਕਲ ਦੀ ਕਿੱਕ ਮਾਰ ਲਈ ਤੇ ਬਾਹਰ ਕੱਢ ਲਿਆ। ਕਿੱਧਰ ਨੂੰ ਚੱਲਿਆ ਦੱਸੀ ਗਿਰਾ? ਇੱਥੋਂ ਜਲੰਧਰ ਨੂੰ ਜਾਣਗੇ ਪਹਿਲਾਂ ਸੰਧੂਆ, ਲੁਧਿਆਣੇ ਤੋਂ ਫਗਵਾੜਾ ਹੋ ਕੇ ਜਲੰਧਰ, ਜਲੰਧਰ ਤੋਂ ਕਪੂਰਥਲੇ ਵਾਲਾ ਰੋਡ ਤੇ ਕਪੂਰਥਲੇ ਤੋਂ ਸੁਲਤਾਨਪੁਰ ਲੋਧੀ ਵਾਲਾ ਰੋਡ। ਹੋ ਸਾਹਮਣੇ ਦੇਖੋ, ਮੈਂ ਆਖਿਆ ਕਿ ਹੁਣ ਤਾਂ ਇਹ ਲੋਹੇ ਨੂੰ ਚਿੰਬੜਨ ਵਾਲੀ ਚੁੰਬਕ ਬਣ ਗਿਆ, ਇਹ ਮੋਟਰਸਾਈਕਲ ਵਾਲੀ ਚੁੰਬਕ ਬਣ ਗਿਆ। ਉਹ ਵੇਖੋ, ਇਹ ਟਰੈਕਟਰਾਂ ਵਾਲੀ ਚੁੰਬਕ ਹੈ, ਇਹ ਗੱਡੀਆਂ ਵਾਲੀ ਚੁੰਬਕ ਹੈ, ਇਹ ਸ਼ਕਰਪੁਰੀਆ ਫਰਿਆਦ। ਦੂਜਾ ਜਫਾ ਲਾ ਕੇ ਮੇਰੇ ਵੀਰੋ ਮੋਟਰਸਾਈਕਲ ਤੇ ਬਹਿ ਗਿਆ। ਉਹ ਚੱਲਿਆ ਜੋਤਾ ਮਹਿਮਦ ਵਾਲੀਆ, ਸ਼ੇਰ ਕਹਾਣੀ ਗਿਰਾ ਨਾ ਜੋ ਤੇਰੀ ਰੇ। ਮੇਜਰ ਸਿੰਘ ਜੀ ਨੰਬਰਦਾਰ ਸਾਹਿਬ ਵੱਲੋਂ ਫਰਿਆਦ ਲਈ ਵੀ 500 ਦੇ ਨਾ, ਔਰ ਅਗਲੀ ਰੇਡ ਜੋਤਾ ਮਹਿਮਦ ਵਾਲੀਆ ਰਾਣੀ ਕਿਆ ਵਾਲਾ ਕਾਜੂ ਹੈ ਤੇ ਪੁਆਇੰਟ ਜੋਤੇ ਦਾ। ਤੇ ਜੱਜ ਨੰਬਰਦਾਰ ਸਾਹਿਬ ਵੱਲੋਂ ਮੇਰੇ ਵੀਰੋ ਜੋਤੇ ਲਈ ਵੀ 500 ਦੇ ਫੇਰ ਮਾਣ ਹੈ। ਜੱਜ ਮੰਡੀਆਂ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਇੱਕ ਪਾਸੇ ਸੁਨਿਆਰਾ ਤੇ ਵਿਚਕਾਰ ਜੀਤਾ ਤੇ ਨਾਲ ਕਹਿੰਦੇ ਮੇਰੇ ਵੀਰੋ ਫਰਿਆਦ ਹੈ। ਚਾਰਾਂ ਦੇ ਵਿੱਚੋਂ ਕਿਹਦੇ ਨਾਲ ਮੁਕਾਬਲਾ ਹੋਣਾ? ਮੰਡੀਆਂ ਵਾਲੇ ਜੱਜ ਦਾ ਬੋਲਿਆ ਹੋਇਆ ਦਾਵਾ, ਇੱਕ ਪਾਸੇ ਤਨ ਮੰਡੀ ਚੌਧਰੀਆਂ ਦਾ ਸੁਨਿਆਰਾ, ਪਰ ਅੰਕ ਤਾਂ ਜੱਜ ਦੇ। ਜੱਜ ਲਈ 500 ਮੇਜਰ ਸਿੰਘ ਜੀ ਨੰਬਰਦਾਰ ਤੇ ਸਰਬਜੀਤ ਜੀ ਵੱਲੋਂ ਫਰਿਆਦ ਦੇ ਲਈ 100 ਰੁਪਏ ਸਰਬਜੀਤ ਵੱਲੋਂ ਫਰਿਆਦ ਦੀ। ਮੰਡੀਆਂ ਵਾਲਿਆ ਆ 500 ਲੈ ਜਾ ਨੰਬਰਦਾਰ ਸਬਰਨ, ਔਰ ਸਾਹਮਣੇ ਵੇਲ ਇਹ ਆ ਜੋਤਾ ਮਹਿਮਦਵਾਲ ਦੀ ਧਰਤੀ ਦਾ। ਢੋਲੀ ਵਾਲਿਆ ਉਹ ਲੱਖਿਆ ਤਾਂ ਵੀ ਗੱਡੀਆਂ ਦਿੱਤੀਆਂ ਨੇ, ਉਹ ਢੋਲੀ ਵਾਲਿਆ ਉਹ ਲੱਖਿਆ ਉਹ ਲੱਖਿਆ, ਪਰ ਜੋਤਾ ਰੁਕਦਾ ਕਿੱਥੇ ਹੈ? ਇਹਨੇ ਕਿਹੜਾ ਖੁਦੋ ਫਿੰਡੀ ਜਿੱਤੀ? ਹਾਂ ਮੈਦਾਨ ਕੌਡੀ ਦੇ ਹੀ ਜਿੱਤੇ ਆ। ਜੋਤੇ ਨੂੰ ਦੱਬਣ ਨੂੰ ਫਿਰਦੇ ਨੇ, ਜੋਤਾ ਦੱਬਦਾ ਕਿੱਥੇ ਹੈ? ਖੇਡ ਕਹਾਣੀ 500 ਜੋਤੇ ਲਈ ਫੇਰ ਮੇਜਰ ਸਿੰਘ ਜੀ ਨੰਬਰਦਾਰ ਸਾਹਿਬ ਵੱਲੋਂ ਪੁੱਜਦਾ ਕੀਤਾ ਜਾ ਰਿਹਾ। ਧੰਨਵਾਦ ਲਓ ਸਾਹਮਣੇ ਵੇਲ ਇਸ ਸਮੇਂ ਤੂਫਾਨ ਮੇਰੇ ਵੀਰੋ ਨਵੀਂ ਫਰਿਆਦ ਹਾਂ ਫਰਿਆਦ, ਪਰ ਸਾਹਮਣੇ ਸੁਨਿਆਰਾ ਤਲਵੰਡੀ ਚੌਧਰੀਆਂ ਵਾਲੇ ਤੇ ਸੁਨਿਆਰਾ ਤਲਵੰਡੀ ਚੌਧਰੀਆਂ ਵਾਲਾ ਜਫਾ ਲਾ ਗਿਆ। ਆ ਚੱਲਿਆ ਯੋਧਾ ਰਣੀਗਾਂ ਵਾਲੇ ਕਾਜੂਆ, ਤੇਰੇ ਪਿੰਡ ਦੇ ਵਿੱਚ ਵੀ ਆਸ ਹੋਣੀ ਹੈ ਕਿ ਅੱਜ ਕਾਜੂ ਮੋਟਰਸਾਈਕਲ ਲੈ ਕੇ ਆਵੇ। ਕਾਜੂਆ ਯੋਧਾ ਆ ਗਿਆ, ਛੇੜ ਮੁੰਡੇ ਨੂੰ ਕਰੰਟ ਮਾਰਦਾ, ਇਹਦੇ 'ਚ 11,000 ਬੁਲਟ ਦਾ ਕਰੰਟ ਹੈ। ਉਹ ਇੱਕ ਪਾਸੇ ਕੱਕੜ ਵਾਲੀਆ ਜਸ਼ਨ ਹੈ ਤੇ ਇੱਕ ਪਾਸੇ ਕਾਜੂ ਹੈ, ਵਿਚਕਾਰ ਲੱਖਾ ਕੱਕੜ ਵਾਲੀਆ ਟਰਾਈ ਕਰਦਾ ਹੋਇਆ, ਇੱਕ ਪਾਸੇ ਯੋਧਾ ਤਲਵੰਡੀ ਵਾਲਾ ਤੇ ਦੂਜੇ ਪਾਸੇ ਕੱਕੜ ਵਾਲੀਆ। ਉਹ ਬੱਲੇ 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 ਬੱਲੇ, ਇਹ ਤਾਂ ਫਰਿਆਦ ਦੇ ਮੋਟਰਸਾਈਕਲ ਮਗਰ ਭੱਜਿਆ ਜਾਂਦਾ, ਕਹਿੰਦਾ ਬ੍ਰੇਕ ਕੋਟਰਾ ਨਾ ਲਗਾਈ ਇੱਥੇ ਹੀ ਰੋਕ ਲੈ, ਮੈਂ ਵੀ ਆ ਗਿਆ। ਉਹ ਵੇਖਦੇ ਆ ਜੱਜ ਮਗਰ ਮਗਰ ਆਉਂਦਾ ਇੱਧਰ ਸਾਰਾ ਵੀਰ ਜਸਪਾਲ ਪੜੀ ਬੇਨਤੀ ਪੰਮੀ ਦਾ ਵੀ ਧੰਨਵਾਦ ਸਰ ਨੇ, ਤੂੰ ਉੱਥੇ ਹੋਲਾ ਬਾਹਰ ਉੱਥੇ ਪੈਸੇ ਬਾਈ ਬਣ ਕੇ ਕੈਮਰਿਆਂ ਦੇ ਮੂਹਰੇ ਨਾ ਆਓ, ਦਰਸ਼ਕਾਂ ਦੇ ਮੰਗ ਹੈ ਤੇ ਨਹੀਂ ਤਾਂ ਫਿਰ ਮੈਸੇਜ ਪੜ ਲਿਓ, ਸਾਹਮਣੇ ਵੇਖਾਂਗੇ ਬਾਕੇੜ ਕਬੱਡੀ ਦੇ ਵਿੱਚ ਮੇਰੇ ਵੀਰੋ। ਇੱਕ ਪਾਸੇ ਜੱਜ ਹੈ ਤੇ ਦੂਜੇ ਪਾਸੇ ਸੁਨਿਆਰਾ, ਦੋ ਜੱਫੇ ਲਾ ਕੇ ਫਰਿਆਦ ਸ਼ਕਰਪੁਰੀਏ ਦੇ ਮੋਟਰਸਾਈਕਲ ਦੇ ਬਰਾਬਰ ਬਹਿ ਗਿਆ। ਉਹ ਸਵਰਨਿਆ ਆ ਚੱਲਿਆ ਜੋਤਾ ਤੇ ਗੋਪੀ ਭੰਡਾਲ ਵੱਲੋਂ ਫਰਿਆਦ, ਜਿੰਨੇ ਵੀ ਜੱਫੇ ਲਾਓ ਹਰ ਜੱਫੇ ਦਾ 100 ਦਿੱਤਾ ਜਾਊ। ਉੱਧਰ ਸਾਡਾ ਵੀ ਸਾਗਰ ਪ੍ਰਧਾਨ ਕਹਿੰਦਾ ਕਿ ਸਟਾਚਾ ਜੀ ਵੱਲੋਂ ਅੱਜ ਵੱਡਾ ਮਾਣ ਕੀਤਾ ਗਿਆ ਖਿਡਾਰੀਆਂ ਦਾ। ਉਹ ਸਾਹਮਣੇ ਜੋਤਾ ਮਹਿਮਦ ਵਾਲੀ ਹੈ, ਆਓ ਲਈ ਜਾਂਦਾ ਸਾਹਿਬ ਕਹਿੰਦੇ 500 ਫੇਰ ਦੇ ਦਿਓ। ਸਾਗਰ ਖੁਸ਼ ਆ ਵੀਰੇ,
ਸ਼ਾਗਿਰਦ ਕਹਿੰਦਾ ਭੰਗੜਾ ਪਾਵਾਂਗੇ ਸੰਧੂਆ, ਆਤਿਸ਼ਬਾਜ਼ੀ ਵੀ ਚਲਾਵਾਂਗੇ। ਉਹ ਵੇਖੋ ਇੱਕ ਪਾਸੇ ਤੂਫਾਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਚਾਰ ਜਾਫੀਆਂ ਦੇ ਵਿੱਚੋਂ ਕਿਹਦੇ ਨਾਲ ਮੁਕਾਬਲਾ ਹੋਣਾ? ਬੱਲੇ ਬੱਲੇ ਹੋ ਗਈ ਮਿੱਤਰੋ। ਪਰ ਨਹੀਂ ਰਿਸਾ, ਅੰਕ ਤਾਂ ਰੇਡਰ ਦਾ ਨਹਾਰੇ ਵਾਲਿਆ, ਆ ਪੈਸੇ ਫੜੀ ਜਾ, ਤੂੰ ਆ ਜਾ ਕਿੰਨਾ ਮੇਰੇ ਕੋਲ ਆ ਜਾ, ਆਪਣੀ ਮਾਇਆ ਜਿਹੜੀ ਨਾਲ ਹੁੰਦੇ ਲਈ ਜਾਓ। ਉੱਥੇ ਖੜਦਾ ਉੱਥੇ ਇੱਕ ਖਿਡਾਰੀ ਨੂੰ ਇੱਕ ਨੂੰ ਬੁਲਾ ਲੈ, ਉੱਥੇ ਬੋਲੀ ਇੱਕ ਇੱਕ ਖਿਡਾਰੀ ਆ ਜਾਓ, ਬੇਨਤੀ ਹੈ। ਜੋਤਾਂ ਨਾਲ ਲਗਾ ਲਈਆਂ ਮੇਰੇ ਵੀਰੋ, ਅਗਲੀ ਰੇਡ ਪਾ ਰਿਹਾ ਔਰ ਸਾਹਮਣੇ ਚਾਰ ਤਿਆਰ, ਰਵੀ ਕੇ ਬਲਾ ਕਾਜੂ ਤੇ ਜਸ਼ਨ ਕੱਕਰਵਾਲ ਦਾ ਤੇ ਟੰਡੋਲੀ ਦਾ ਟਾਈਗਰ ਤੇ ਨਾਲ ਗੁਰਪ੍ਰੀਤ ਤੇ ਪ੍ਰਦੀਪ ਸਿੰਘ ਤੂਫਾਨ ਮੇਰੇ ਵੀਰੋ। ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਚਾਰ ਜਾਫੀਆਂ ਦੇ ਵਿੱਚੋਂ ਕਿਹਦੇ ਨਾਲ ਮੁਕਾਬਲਾ ਹੋਣਾ? ਜੀਤਾ ਵੀ ਖੜ ਗਿਆ, ਸੁਨਿਆਰਾ ਵੀ ਖੜ ਗਿਆ, ਸ਼ਕਰਪ੍ਰਿਆ ਫਰਿਆਦ, ਸ਼ਕਰਪ੍ਰਿਆ ਫਰਿਆਦ ਪਰਲੀ ਕੰਨੀ ਤੇ ਹੈ। ਆਓ ਸੁਨਿਆਰਾ ਤਲਵੰਡੀ ਚੌਧਰੀਆਂ ਵਾਲਾ, ਇੱਕ ਪਾਸੇ ਤੂਫਾਨ ਹੈ, ਇੱਕ ਪਾਸੇ ਸੁਨਿਆਰਾ ਤੂਫਾਨ, ਸੁਨਿਆਰਾ ਤੂਫਾਨ, ਸੁਨਿਆਰਾ ਬੱਲੇ 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 ਆ ਮਾਰਿਆ ਬਾਹਰੇ ਕੱਢ ਕੇ, ਜਿਵੇਂ ਖੰਡ ਪਾੜਾਂ ਦੇ ਕਰੋ ਸ਼ਰਾਬੀਆਂ ਨੂੰ ਧੱਕੇ ਮਾਰ ਮਾਰ ਕੱਢੀ ਨਾ ਉਹ ਸੰਧੂਆ, ਆ ਚੱਲਿਆ ਜੋਤਾ। ਇੱਕ ਬੇਨਤੀ ਹੈ ਪ੍ਰਬੰਧਕੀ ਕਮੇਟੀ ਵੱਲੋਂ ਕਿ ਜੇ ਰੇਡ ਬਾਗੀ ਪਾ ਦੇਣਾ ਬੜੀ ਮਿਹਰਬਾਨੀ ਹੋਊ, ਬਾਗੀ ਲਵੀ ਕਲੱਬ ਨੂੰ ਜੇ ਆਪਾਂ ਨਾਂ ਦਰਾਜ ਕਰੀਏ ਕਰੇਡ ਜ਼ਰੂਰ ਪਾ ਦਿਓ, ਬੇਨਤੀ ਹੈ। ਕਿਉਂਕਿ ਸਵਰਨੇ ਆ ਬਾਗੀ ਨੂੰ ਆਪਾਂ ਅਪੀਲ ਕਰ ਸਕਦੇ ਹਾਂ ਪਰ ਮਜਬੂਰ ਨਹੀਂ ਕਰ ਸਕਦੇ, ਕਿਉਂਕਿ ਜੋਤਾਂ, ਕਿਉਂਕਿ ਮੋਟਰਸਾਈਕਲਾਂ ਦੀ ਗੱਲ ਹੈ, ਜਦਾਂ ਲਗਾਤਾਰ ਜੋਤਾਂ ਕਬੱਡੀਆਂ ਪਾ ਰਿਹਾ ਬਾਕੀ ਉਹਨੇ ਉਹਨਾਂ ਬਾਰਵਾਂ ਭੋ ਕੇ ਨਹੀਂ ਆਇਆ ਕਿਉਂਕਿ ਗਰਾਊਂਡ ਦੇ ਵਿੱਚ ਉਸੇ ਤਰ੍ਹਾਂ ਜੋਤੇ ਨੂੰ ਛੱਡਿਆ। ਬਾਕੀ ਕਹਿੰਦਾ ਜੋਤਾਂ ਕੌਡੀਆਂ ਪਾਊ, ਪਰ ਫਿਰ ਵੀ ਕਹਿੰਦੇ ਆ ਬਾਕੀ ਨੂੰ, ਲੈ ਵੀ ਬਾਕੀ ਵੀਰਿਆ ਕੌਡੀ ਕਦੀ ਪਾ ਦੇ, ਓ ਰਾਣੇ ਨਾਲ ਮੁਕਾਬਲਾ। ਪਰ ਕਿਹੜਾ ਰਾਣਾ ਢੰਡੋੜੀ ਵਾਲਾ ਅੰਕ ਆਪਣੀ ਟੀਮ ਲਈ ਜੋੜਦਾ ਹੋਇਆ, ਉਹ ਵੇਖਦੇ ਆ ਬਹਿਮਤ ਵਾਲ ਗਿਆ ਮੇਰੇ ਵੀਰੋ। ਇੱਕ ਪਾਸੇ ਯੋਧਾ ਤਲਵੰਡੀ ਚੌਧਰੀਆਂ ਵਾਲਾ ਕਬੱਡੀ ਪਾ ਰਿਹਾ ਛੇੜ ਕਹਾਣੀ, ਯੋਧਾ ਤਲਵੰਡੀ ਚੌਧਰੀਆਂ ਵਾਲਾ ਮੇਰੇ ਵੀਰੋ, ਕਿ ਰਣ ਜਿੱਤਣ ਲਈ ਸੂਰਮਾ ਹਰ ਦਮ ਰਹੇ ਤਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਦੇ ਵਾਰ। ਤੇ ਮੁਕਾਬਲਾ ਸਮਾਪਤ ਹੋ ਗਿਆ, ਤਲਵੰਡੀ ਚੌਧਰੀਆਂ ਦੀ ਟੀਮ ਜਿਹੜੀ ਇਸ ਮੁਕਾਬਲੇ ਤੋਂ ਫਸਟ ਹੈ, ਜੋਤਾ ਮਹਿਮਦ ਵਾਰੀਆ ਜਿਹੜਾ ਬੈਸਟ ਰੇਡਰ ਹੈ ਤੇ ਬੈਟ ਜਾਫੀ ਦੱਸੀ ਤਿੰਨ ਟੱਚ ਦੋ ਜਫੇ, ਸੁਨਿਆਰਾ ਕਹਿੰਦੇ ਤੇ ਨਾਲ ਸ਼ਕਰਪ੍ਰਿਆ ਫਿਆਦ ਮੇਰੇ ਵੀਰੋ ਬੈਸਟ ਜਾਫੀ ਨੇ, ਸੁਨਿਆਰਾ ਤੇ ਫਿਆਦ ਬੈਟ ਜਾਫੀ ਆ ਤੇ